ਗੁਰੂ ਮਹਾਰਾਜ ਸਾਨੂੰ ਬਲਾਵਲ ਰਾਗ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪਹਿਲਾਂ ਵੀ ਹੁਣ ਵੀ ਉਹਨਾਂ ਦਾ ਇਹ ਹੁਕਮ ਆਇਆ ਹੈ। ਗੁਰੂ ਮਹਾਰਾਜ ਸਾਨੂੰ ਸਮਝਾਉਣਾ ਕਰ ਰਹੇ ਨੇ ਕਹਿੰਦੇ ਮਾਤ ਪਿਤਾ ਸੁਤ ਬੰਕਵ ਭਾਈ ਜਿਹੜੇ ਸਾਡੇ ਭੈਣ ਭਰਾ ਰਿਸ਼ਤੇਦਾਰ ਨਾਨਕ ਹੂਆ ਪਾਰ ਬ੍ਰਹਮ ਸਹਾਇ ਗੁਰੂ ਨਾਨਕ ਦੀ ਮੋਹਰ ਲਾ ਕੇ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਆਪਾਂ ਹਮੇਸ਼ਾ ਹੀ ਬਾਣੀ ਨੂੰ ਬੜਾ ਵਿਚਾਰ ਕੇ ਪੜ੍ਹਨਾ ਪੈਂਦਾ ਹੈ। ਬਾਣੀ ਨੂੰ ਵਿਚਾਰ ਕੇ ਪੜ੍ਹਨਾ ਪੈਂਦਾ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਲੈਣੀ ਹੋਵੇ ਤੇ ਅਸ ਤਾਂ ਹੀ ਸਪਸ਼ਟ ਹੁੰਦੇ ਨੇ ਜੇਕਰ ਥੋੜਾ ਜਿਹਾ ਵੀ ਚਿੰਨ ਲਾ ਕੇ ਫਿਰ ਪੜ੍ਹਿਆ ਜਾਵੇ ਜਿੱਥੇ ਨੰਨਾ ਕੰਨਾ ਲਾ ਕੇ ਨੰਨਾ ਤੇ ਕੱਕੇ ਨੂੰ ਪੜ੍ਹਾ ਦੇਣ ਉੱਥੇ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਗੁਰੂ ਨਾਨਕ ਦੇਵ ਜੀ ਦੀ ਆਪਣੀ ਬਾਣੀ ਹੁੰਦੀ ਹੈ। ਇੱਥੇ ਨਾਨਕ ਦੀ ਮੋਹਰ ਲੱਗਦੀ ਹੈ ਕਿਉਂਕਿ ਸਾਰੀ ਬਾਣੀ ਵਿੱਚ ਜਿੰਨੇ ਵੀ ਛਿਆ ਪਾਤਸ਼ਾਹੀਆਂ ਨੇ ਬਾਣੀ ਉਚਾਰਨ ਕੀਤੀ ਭਗਤਾਂ ਕੀਤੀ ਜ਼ਿਆਦਾ ਕਰ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾਉਂਦੇ ਨੇ। ਹੁਣ ਇੱਥੇ ਸਾਨੂੰ ਥੋੜ੍ਹਾ ਜਿਹਾ ਠਹਿਰਾਓ ਦੇਣਾ ਪੈਣਾ ਨਾਨਕ ਹੂਆ ਪਾਰ ਬ੍ਰਹਮ ਸਹਾਈ ਜਿੱਥੇ ਪਾਰ ਬ੍ਰਹਮ ਸਹਾਈ ਹੋ ਜਾਵੇ ਨਾ ਪਰਮੇਸ਼ਰ ਸੁਖ ਸਹਿਜ ਆਨੰਦ ਕਢੇ ਉੱਥੇ ਫਿਰ ਅਨੇਕਾਂ ਹੀ ਸੁੱਖ ਜਿਹੜੇ ਨੇ ਨਾ ਉਹ ਆ ਜਾਂਦੇ ਨੇ ਜਿਨ੍ਹਾਂ ਨੂੰ ਬੰਦਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਤੇ ਸਾਰੀ ਜ਼ਿੰਦਗੀ ਜਨਮ ਤੋਂ ਲੈ ਕੇ ਅਖੀਰ ਤੱਕ ਲੱਭਦਾ ਰਹਿੰਦਾ ਹੈ। ਤੇ ਪੰਜਵੇਂ ਪਾਤਸ਼ਾਹ ਕਿੱਡੀ ਸੋਟ